ਦੋਸਤੋ ਅੱਜ ਆਪਾਂ ਕਬੋਟਾ 44 4x4 ਦੀ ਲੋ ਐਵਰੇਜ ਚੈੱਕ ਕਰਦੇ ਹਾਂ 2 ਲੀਟਰ ਦੇ ਮਈਅਰ ਦੇ ਨਾਲ। ਕਰੋ ਚੈੱਕ ਮਈਅਰ ਦੋ ਯਾਰ, ਹੋਰ ਪਾ ਥੋੜਾ ਜਿਹਾ, ਥੋੜਾ ਜਿਹਾ ਉੱਤੇ ਕਰਦੇ ਹਾਂ। ਬਸ ਲਓ ਜੀ, ਦੁਬਾਰੇ ਚੈੱਕ ਕਰਦੇ ਹਾਂ ਆਪਾਂ ਮਾਈਲੇਜ ਤੇ ਪਰਫਾਰਮੈਂਸ। 4 ਕਿੱਲਿਆਂ ਦਾ ਟੱਕ ਹੈ, 16 ਤਵੀਆਂ ਦਾ ਸੈੱਟ, ਜਾਖੜ ਸਾਹਿਬ ਦੇ ਪਿੰਡ ਆ, 5 ਕੁਸੀ। ਚਲਦੇ ਚ ਤੇਲ ਦੁਬਾਰੇ ਪੂਰਾ ਕਰਦੇ ਹਾਂ, ਜਿਹੜਾ 200 ਗ੍ਰਾਮ ਘਟਿਆ ਸੀਗਾ। ਬਸ 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 ਹੋ ਗਿਆ। ਲਓ ਜੀ, ਦੁਬਾਰੇ ਚਲਦੇ ਹੀ ਤੇਲ ਪੂਰਾ ਕੀਤਾ, ਆਪਾਂ ਚੈੱਕ ਕਰਦੇ ਹਾਂ। ਅੰਕਲ ਇੱਕ ਆਪਾਂ ਨਾ 2000 RPM ਤੇ ਹੁਣ ਚਲਾਉਣਾ, ਪਹਿਲਾਂ ਹਾਈ ਹੋਊਗਾ ਨਾ, ਚੱਕਰ ਵੇਖਣਾ ਕਿੰਨੇ ਤੋੜਦਾ ਹੈ। ਠੀਕ ਹੈ, ਇੱਕ ਵਾਰੀ ਚਲਾ ਕੇ ਤੇ ਭਾਵੇਂ ਮੈਨੂੰ ਆਪਾਂ 2000 ਚੱਕਰ ਹੈ ਜੀ, ਬੰਦ 2000 ਤੇ ਕਰਦੇ, 2000 ਚੱਕਰ ਪਹਿਲਾਂ ਹਾਈ, ਹੁਣ ਆਪਾਂ ਦੇਖਦੇ ਕਿੰਨੇ ਚੱਕਰ ਤੋੜਦਾ ਹੈ। ਲਓ ਜੀ, ਹੋ ਗਿਆ ਸਟਾਰਟ, 2100 ਤੇ ਹੈ, 100 ਚੱਕਰ ਤੋੜ ਕੇ ਟਰੈਕਟਰ ਉੱਠਿਆ। 2000 ਤੇ ਸੀਗਾ, 1900 ਤੇ ਵਹੀ ਜਾਂਦਾ, 1950 ਤੇ 50 RPM ਡਰੋਪ ਕੀਤੇ ਹੈ। ਲਓ ਜੀ ਚੈੱਕ ਕਰੋ ਪਰਫੋਰਮੈਂਸ, 16 ਤਵੀਆਂ ਦਾ ਸੈੱਟ, ਧੂੰਆਂ ਚੈੱਕ ਕਰੋ, ਟਰੈਕਟਰ ਇੰਜਨ ਕਿਸੇ ਪਾਸੋਂ ਦਬ ਨਹੀਂ ਰਿਹਾ, ਗਿੱਲਾ ਵਾਹਣ ਆ, ਖੜੀਆਂ ਛੜੀਆਂ, ਮੱਥੇ ਤੇ ਦੇਖੋ, ਕਰੋ ਚੈੱਕ, ਮੱਥੇ ਤੇ RPM ਡਰੋਪਿੰਗ ਦੀ ਪ੍ਰੋਬਲਮ 0% ਆ ਟਰੈਕਟਰ ਦਾ। ਕਬੋਟਾ 4501 4x4। ਸੋਲਾਂ ਤਵੀਆਂ ਦਾ ਸੈੱਟ ਬਾਈ ਦਾ ਆਪਦਾ, ਜਿਹੜਾ ਟਰੈਕਟਰ ਹੈ ਉਹ ਵੀ ਕਸਟਮਰ ਤੋਂ ਲਿਆ ਹੈ, ਕੋਈ ਸਾਡਾ ਡੈਮੋ ਪੀਸ ਨਹੀਂ ਗਾ, ਜਾਂ ਕੋਈ ਸਪੈਸ਼ਲ ਕੰਪਨੀ ਨੇ ਡੈਮੋ ਵਾਸਤੇ ਨਹੀਂ ਦਿੱਤਾ ਗਾ, ਕਸਟਮਰ ਤੋਂ ਅਸੀਂ ਲੈ ਕੇ ਆਏ ਹਾਂ। ਜਦੋਂ ਵੀ ਇੱਕ ਕਬੋਟਾ ਵਾਲੇ ਡੈਮੋ ਦਿੰਦੇ ਆ, ਟਰੈਕਟਰ ਕਸਟਮਰ ਤੋਂ ਹੀ ਲੈਂਦੇ ਆ। ਚੈੱਕ ਕਰੋ ਜੀ ਮੱਥੇ ਤੇ, ਫਿਰ ਦੂਜਾ ਕਿਹੜਾ ਆਇਆ ਹੈ। ਆਪਾਂ ਹੁਣ ਪ੍ਰੋਪਰ ਵੀਡੀਓ ਨੂੰ ਚਾਲੂ ਰੱਖਾਂਗੇ, 2 ਲੀਟਰ ਦੇ ਵਿੱਚ ਦੇਖਦੇ ਕਿੰਨਾ ਚੱਲਦਾ ਆ। ਇਹ ਅੰਕਲ ਪਹਿਲਾਂ ਕਿੱਲਾ ਵਾਹਣ ਵਾਧ ਆਊਗਾ, ਇਹਨੇ ਪਹਿਲਾਂ ਕਿੱਲਾ ਹੋ ਗਿਆ ਹੋਊਗਾ, 1.5 ਕਿੱਲਾ ਹੋ ਗਿਆ। ਅੱਛਾ ਚਲੋ, ਪਹਿਲਾਂ 1.5 ਕਿੱਲਾ ਵਾਧਾ ਸੀਗਾ, ਮਗਰ ਹੁਣ ਆਪਣੇ ਕੋਲ 2.5 ਕਿੱਲੇ ਬਚੇ ਹੈ, ਜਿਹੜਾ ਸਿੱਧਾ ਝਟਕੇ ਸੌਦੇ ਦੇ ਵਿੱਚ ਆਪਾਂ ਵੇਖਾਂਗੇ। ਉਹ ਹੈ ਸਾਡੀ ਟੀਮ। ਲਓ ਜੀ ਠੀਕ ਹੈ ਜੀ, ਇਹ ਹੈ ਜੀ ਜਾਖੜ ਸਾਹਿਬ ਦਾ ਪਿੰਡ, ਬਾਗ ਹੈ ਚਾਰੇ ਪਾਸੇ, ਕਿਉਂਕਿ ਸਾਡੇ ਤਾਂ ਬਾਗਾਂ ਵਾਲਾ ਏਰੀਆ ਹੈ ਨੀਗਾ, ਸਾਰੇ ਪਾਸੇ ਝੋਨਾ ਲੱਗਦਾ ਅਤੇ ਇੱਧਰ ਵੇਖਣ ਨੂੰ ਮਿਲਦਾ ਹੈ, ਜਿਹੜਾ ਰਾਜਸਥਾਨ ਵਾਲਾ ਟੱਚ ਵੀ ਹੈ। ਸੂਰਜ ਵੀ ਅੱਜ ਆਪਦੇ ਜਿਹੜਾ ਧੁੰਦ ਨੇ ਉਹਨੂੰ ਲਪੇਟ ਦੇ ਵਿੱਚ ਲਿਆ, ਅਤੇ ਜਿਹੜਾ ਕਿਸਾਨਾਂ ਨੇ ਅੱਗ ਲਾਈ ਆ ਉਹਦੇ ਨਾਲ ਵੀ ਅਸਰ ਪਿਆ, ਧੁੰਦ ਥੋੜ੍ਹੀ ਘੱਟ ਹੈ। ਚੈੱਕ ਕਰੋ, ਇਹ ਤੋਂ ਬਾਅਦ ਰਾਜਸਥਾਨ ਬਾਰਡਰ ਏਰੀਆ, ਇਹ ਰਾਜਸਥਾਨ ਸ਼ੁਰੂ ਹੋ ਜਾਂਦਾ, ਰਾਜਸਥਾਨ ਵੀ ਸ਼ੁਰੂ ਹੋ ਜਾਂਦਾ, ਇੱਥੇ ਤੋਂ ਬਾਰਡਰ ਲੱਗਦਾ ਆ, ਅੱਗੇ ਥੋੜ੍ਹੀ ਵਾਰ ਜਾ ਕੇ ਆਪਣਾ ਪਾਕਿਸਤਾਨ ਦਾ। ਲਓ ਜੀ ਇੱਥੇ ਦੂਜੀ ਵਾਰੀ ਪੈ ਰਿਹਾ, ਇੱਥੇ ਜਿਹੜੀ ਦੂਜੀ ਲਾਵ ਆ, ਆਹ ਦੇਖੋ ਡਬਲ ਤਵੀਆਂ ਵੱਜ ਰਹੀਆਂ, ਡਬਲ ਤਵੀਆਂ ਦੇ ਵਿੱਚ ਆਪਾਂ 2100 ਤੇ ਛੱਡਿਆ ਸੀਗਾ, 2100 ਤੇ ਜੇ ਤੁਸੀਂ ਵੇਖੋਗੇ 50 RPM ਡਰੋਪ ਹੈ। ਦੂਜੀ ਵਾਹ ਦੇ ਵਿੱਚ ਵੀ 50 RPM ਡਰੋਪ ਕੀਤੇ ਹੈ। ਇਹ ਜਿਹੜਾ ਏਰੀਆ ਚਲੋ ਵਧੀਆ ਖੁਸ਼ਕਿਸਮਤ ਸਮਝਦੇ ਆ ਇਹਨਾਂ ਨੂੰ, ਸਾਡੇ ਵਾਲੇ ਪਾਸੇ ਚਲੋ ਹੁਣ ਇਕੱਲਾ ਝੋਨਾ ਲੱਗਣ ਲੱਗ ਗਿਆ, ਇਹ ਸਾਰੀਆਂ ਜਿਹੜੀਆਂ ਰਵਾਇਤੀ ਫਸਲਾਂ ਬੀਜਦੇ ਆ, ਉਹ ਬਾਈ ਨੇ ਸਰੋਂ ਵਾਸਤੇ ਰੱਖਿਆ ਸੀ ਵਾਹਣ, ਚਲੋ ਸਰੋਂ ਹੁਣ ਥੋੜ੍ਹੀ ਪਛੇਤੀ ਹੋ ਗਈ ਹੈ, ਅਤੇ ਉਹ ਉੱਥੇ ਆਪਣਾ ਜੌਂ ਬੀਜਣਗੇ, ਮਤਲਬ ਕਿ ਸਾਰੇ 4 ਮਿੰਟ ਅਤੇ ਅੱਲ ਲਾਈਵ ਚੱਲੂਗੀ, 50 ਸਕਿੰਟ ਹੋ ਗਏ, 4 ਮਿੰਟ 55 ਸਕਿੰਟ, ਆਪਾਂ ਵੀਡੀਓ ਉਹਨਾਂ ਚਿਰ 30 ਮਿੰਟ ਚਾਲੂ ਹੀ ਰੱਖਾਂਗੇ, ਪਤਾ ਲੱਗ ਜੂਗਾ, ਮਿੰਟਾਂ ਸਕਿੰਟਾਂ ਦਾ ਫਰਕ ਨਹੀਂ ਪੈਂਦਾ ਨਾਲੇ ਨਾਲੇ ਚੱਲ ਪਹਿਲਾਂ ਤਾਂ ਪ੍ਰੋਬਲਮ ਆ ਗਈ ਸੀ, ਉਹ ਨਿਕਲ ਗਈ ਆਪਣੀ ਇੱਕ ਵਾਰੀ ਕਿੱਲੀ ਦੀ, ਉਹ ਵੀ ਦਿੱਕਤ ਹੈ ਨਹੀਂ ਜੀ, ਚੱਲਦੇ ਥੱਲੇ ਉੱਤਰ ਜਾ ਕਿਤੇ।
ਚੱਲਦੇ ਥੱਲੇ ਉਤਰ ਜਾ। ਚਲੋ ਸਾਡੇ ਮਕੈਨਿਕ ਸਾਹਿਬ ਕਹਿੰਦੇ ਵੀ ਹੁਣ ਟਰੈਕਟਰ ਰੋਕਣਾ ਨਹੀਂ, ਜਿਹੜੀ ਪਰਫਾਰਮੈਂਸ ਹੈ ਉਹ ਪੂਰੀ ਚੈੱਕ ਕਰਨੀ ਹੈ, ਆਪਾਂ ਟਰੈਕਟਰ ਦੇ ਉੱਤੇ ਬਹਿ ਕੇ ਤੁਹਾਨੂੰ ਚੈੱਕ ਕਰਾਉਣੇ ਆ। छटियां का दलिया बन है, जे तविया हल्की हो तवे छोटे होने तो इन्हें उत्ते उत्ते वग जाना है। जेडे वीर ये कहें भी ये उत्ते बह जानी है, वह दूजे कीड़े परफॉर्मेंस चैक करते चैक कर सकते जिथे तविया दूजी बारी बहदी है उत्ते प्रोपर। आ वेखो इतें भी जोड़ा एक सैट है वो बहरला बहर लग रहा, देखोगे ना तुम ये जोड़ा आ दूजी बारी बह रहा है, तो इतने चैक करो फिर तुम तो परफॉर्मेंस विखाने। सिर्फ 50 तोड़ रहा है, 50 RPM ड्रॉप सिलेंसर, देखो कोई स्मोक नहीं, कोई ट्रैक्टर दब नहीं रहा। साड़ी टीम अच्छे से तुम जो बैबल देख सकते हो, जो तुम बैबल की गल करते हैं बैबल गेयर वो किमें काम करता है, जी टर्निंग है नहीं तो आम ट्रैक्टर प्रॉब्लम आती है 4x4 के अपने टू व्हील्स भी आती है, तुम मत्थे मोड़ते हैं तो मिट्टी धक् के अगे ले जाता है। सो ये जी जापानी तकनीक के नाल बनाया गया ट्रैक्टर है, ये प्रॉब्लम नहीं आऊगी थोड़ा ना तो RPM ड्रॉपिंग की। सो देखो अज के टाइम के जोड़ा किसान बचत वाल ही देखना है ना, सानू कितों बचत हो रही है। सो अपन जे मन के चलो घंटे का 1.5 लीटर भी तेल की बचत हो रही है तो शाम को 10 घंटे ट्रैक्टर वाया जा 8 वाया 10 से 12 लीटर तेल की बचत है, 1000-1200 रुपया जो थोड़ा ट्रैक्टर छड रहा है। जेडे वीर ने इन किराए पर बाना है उन्होंने मन के चलो सारी किस्त नहीं आप कह सकते, अद्धी किस्त यह कढ़ दिंदा। आ देखो हुण इत्थे दूजी वारी बह रहा, आ एक इत्थे सिर्फ एको ही ओड़ा आया छटियां दा, मतलब कि इत्थे दूजी वारी लाव आ रही है। आ देखो पिछे परफॉर्मेंस चेक करो, धुआं देखो सिलेंसर का, कोई धुआं नहीं दिखा रहा, कोई ट्रैक्टर RPM ड्रॉप नहीं कर रहा। आ देखो टर्निंग देखो जी 4x4 की गल करते हैं, देखो कोई स्लिपेज है नहीं गई, नहीं तो खाली ट्रैक्टर तुम ना कदम भाई 4x4 देखा जे वो अगे धक्का ला के लै जाता मिट्टी को, बट अपने ट्रैक्टर के प्रॉब्लम नहीं मिलेगी। ये सिर्फ लेवल गेयर करके जी टर्निंग रेडियोस है उन्हें करके है। सो आप गल करते भी जो तेल के भाव वध रहे हैं, चलो पटक थोड़ा महंगा जरूर है पर यह जी कैटेगरी के ट्रैक्टर आ अपना जॉन डियर न्यू हॉलैंड आप उन्होंने मुकाबले देखिए तो पटक उन्होंने बराबर का ही आपको 45 horsepower के मन के चलो भी 10 लाख के करीब 10.25 लाख के अपन 4x4 ट्रैक्टर मिल रहे अच्छ महंगाई का टाइम है, बट उस तो बाद बेनीफिट देखो ना, एक ट्रैक्टर हूँ अच्छ आप ले लिया उस बाद उन्हें 2 साल ही चलना है, उस तो बाद फिर पैसे मंगन लग गया, उन्हें अपनी बचत ही नहीं की तेल की, तो फिर उन्हें अपन जी कोस्ट है वो उन्नी पै जानी है। सो जी यदि है 5 साल की थोड़ा जी वारंटी मिलेगी, बाकी जी क्लच की है क्लच जो तुम यदि चंकी वधिया मेनटेनेंस रखोगे प्ले बना के रखोगे टाइम टू टाइम सर्विस कराते रहोगे तो जोड़ा आ 4000 से 4500 चल जाता है। ये साढ़े कस्टमर के रिव्यू ऐसे मूँह नहीं कहते, गूगल करके देख सकते हो जब डायरैक्ट कस्टमर मीट कर सकते हो जिन्होंने अपने ट्रैक्टर दिते हुए है। सो करो ये अपन 9 मिनट के 25 सेकेंड हो गए है, आप पाया 2 लीटर जो छाने 1 लीटर के रह गया होगा ना, लीटर रहना चाहिए है ना, 9 मिनट 39 सेकेंड हो। हाँ लीटर तो उत्ते देख ला, चलो तो बाद पता लग ही जाना जो बंद करा कि पाइप पूप का ख्याल रखी उत्ते बैठा हूं तू ठीक है। एक बच्चे फोन आई इन्हें फ्लैट मूड लाना है, हाँ देखो इतने सिर्फ एक घोड़ा अपन छड़ियां मिलेगा, बाकी जोड़ा तविया आपकी मिट्टी वट रही है।
ਇੱਥੇ ਚੈੱਕ ਕਰੋ ਤੁਸੀਂ ਹੁਣ ਪਰਫਾਰਮੈਂਸ ਦੇਖ ਸਕਦੇ ਹੋ। ਬਾਕੀ ਜਿਹੜੀ ਹੈ ਨਾ ਬਾਈ ਕਸਟਮਰ ਨੂੰ ਜਿਹੜੀ ਇੱਥੇ ਹੁਣ ਰਿਕੁਆਇਰਮੈਂਟ ਸੀ ਉਹ ਤਵੀਆਂ ਉਹਨੇ ਆਪਦਾ ਵਾ ਛੱਡੀਆਂ ਵਾਹ ਕੇ ਦੇਖਣੀਆਂ ਸੀਗੀਆਂ। ਹਰੇਕ ਕਸਟਮਰ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੁੰਦੀ ਆ। ਆਪਾਂ ਬਾਕੀ ਇੰਪਲੀਮੈਂਟਾਂ ਦੇ ਵੀ ਤੁਹਾਨੂੰ ਚਲਾ ਕੇ ਰੁਕਾਵਾਂਗੇ ਜਿੰਨੇ ਵੀ ਇੰਪਲੀਮੈਂਟ ਆ। ਹੁਣ ਇੱਕੋ ਜਗ੍ਹਾ ਤੇ ਸਾਰੇ ਟੈਸਟ ਮੈਂਟਲ ਤਾਂ ਹੋ ਨਹੀਂ ਸਕਦੇ ਜੇ। ਸੋ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਇੰਨਾ ਹੀ ਵਿਖਾਵਾਂਗੇ ਤੁਹਾਨੂੰ ਤਵੀਆਂ ਦੇ ਸੈੱਟ ਤੇ ਡਿਸਕਾਂ ਤੇ। ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਅੱਗੇ ਤੁਹਾਨੂੰ ਜਿਹੜਾ ਆ ਹੋਰ ਵੀ ਵੀਡੀਓ ਵੇਖਣ ਨੂੰ ਮਿਲਣਗੀਆਂ ਐਗਰੀਕਲਚਰ ਨਾਲ ਸੰਬੰਧਿਤ। ਸੋ ਟਾਈਮ ਥੋੜ੍ਹਾ ਹੋਣ ਕਰਕੇ ਵੀਡੀਓ ਥੋੜ੍ਹੀਆਂ ਬਣਦੀਆਂ, ਪਰ ਬਣਦੀਆਂ ਸਾਡੇ ਕੋਲ ਜੈਨੂਅਨ ਹੈ। ਅਸੀਂ ਕਿਸੇ ਕੰਪਨੀ ਦੀ ਐਡਵਰਟਾਈਜ਼ਮੈਂਟ ਨਹੀਂ ਕਰਦੇ ਗੇ, ਆਪਦੇ ਐਂਡ ਤੇ ਆਪਦੇ ਸ਼ੌਂਕੀਆ ਤੌਰ ਤੇ ਕੰਮ ਕਰਦੇ ਹਾਂ। ਇਹ ਕੋਈ ਨਿੱਜੀ ਆਪਦੇ ਪਰਸਨਲ ਮਾਮਲੇ ਵਾਸਤੇ ਵੀਡੀਓ ਨਹੀਂ ਬਣਾਈ ਗਈ, ਕਿਸਾਨਾਂ ਦੇ ਹਿੱਤ ਵਾਸਤੇ ਵੀਡੀਓ ਬਣਾਈ ਗਈ ਹੈ। ਦੇਖੋ ਬਈ, ਜੇ ਤਾਂ ਰਹਿਣਾ ਆ ਸਟੈਂਡ, ਫਿਰ ਤਾਂ ਆਪਾਂ ਨੂੰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਰਹਿਣਾ ਪਊਗਾ ਅਤੇ ਤੇਲ ਦੀ ਬੱਚਤ ਬਾਰੇ ਵੀ ਆਪਾਂ ਨੂੰ ਸੋਚਣਾ ਪਊਗਾ। ਅਤੇ ਜੇ ਬਾਈ ਜੀ ਹੋਣਾ ਫੇਲ, ਫਿਰ ਤਾਂ ਜੋ ਮਰਜ਼ੀ ਕਰੀ ਜਾਓ, ਜਿਹੜਾ ਮਰਜ਼ੀ ਲਈ ਜਾਓ ਟਰੈਕਟਰ 'ਤੇ, ਇੱਕ ਵਾਰਡ ਰੱਖੋ ਅਤੇ ਉਹਦੇ ਉੱਤੇ 50 ਤੋਂ 60 ਹਜ਼ਾਰ ਰੁਪਇਆ ਜਿਹੜਾ ਸਾਲ ਦਾ ਜਾਂ ਸੀਜ਼ਨ ਦਾ ਲਾਓ, ਉਹਦੇ ਨਾਲ ਤਾਂ ਚੰਗਾ ਵੀ ਆਪਦਾ ਜਿਹੜੀ 60 ਤੋਂ 65 ਹਜ਼ਾਰ ਰੁਪਇਆ ਕਿਸ਼ਤੀ ਕੱਢੋ। ਸੇਮ ਫਿਰ ਉਸੇ ਤਰ੍ਹਾਂ ਆ ਜਾਂਦਾ, ਇੱਕ ਹੋਣਾ ਰਹਿ ਜਾਂਦਾ ਅਤੇ ਉਹ ਤੋਂ ਬਾਅਦ ਕਰੋ ਪਰਫਾਰਮੈਂਸ ਚੈੱਕ ਕਰ। ਯਾਰ ਮੈਂ ਥੱਲੇ ਉਤਰਨਾ ਸੀਗਾ, ਥੱਲੇ ਜਿਹੜਾ ਥੱਲੇ ਉਤਰ ਕੇ ਤੁਹਾਨੂੰ ਵਿਖਾਵਾਂਗੇ ਵੀ ਕਿਵੇਂ ਹੈ, ਕਿਉਂਕਿ ਉੱਤੇ ਜਿਹੜੀ ਉੱਨੀ ਪ੍ਰੋਪਰ ਨਹੀਂ ਆ ਰਿਹਾ। ਲੈ ਤਾਊ ਚੱਲ ਚੱਲ ਚੱਲ, ਹੁਣ ਆਪਾਂ ਜਿਹੜੇ ਮਿੰਟ ਹੈ ਕਾਊਂਟ ਕਰਾਂਗੇ, 2 ਤੋਂ 3 ਸਕਿੰਟ ਟਰੈਕਟਰ ਰੁਕਿਆ, ਕਰੋ ਚੈੱਕ ਪਰਫਾਰਮੈਂਸ। ਥੱਲੇ ਉਤਰ ਕੇ ਜਿਹੜਾ ਤੁਹਾਨੂੰ ਹੈ ਉਹ ਜ਼ਿਆਦਾ ਪ੍ਰੋਪਰ ਦਿਸੂਗਾ। 16 ਤਵੀਆਂ ਦਾ ਸੈੱਟ MU 4501 ਕਬੋਟਾ 4x4, 45 HP ਕਾਗਜ਼ਾਂ 'ਚ ਅਤੇ 50 HP ਕੈਟਾਗਰੀ ਦਾ ਟਰੈਕਟਰ ਆ। ਇਹਨੂੰ ਆਪਾਂ ਅੱਜ ਵਾਹ ਰਹੇ ਹਾਂ 5 ਕੋਸੀ, ਜਾਖੜ ਸਾਹਿਬ ਦਾ ਪਿੰਡ ਹੈ, ਬਾਗ ਵਾਲਾ ਏਰੀਆ ਹੈ, ਰਾਜਸਥਾਨ ਵੀ ਲੱਗਦਾ ਹੈ ਇਹਨੂੰ। ਰੇਤਲੀ ਮਿੱਟੀ ਹੈ, ਕਰੜੀ ਮਿੱਟੀ ਨਹੀਂ ਗੀ, ਕਿਉਂਕਿ ਜਿਹੜਾ ਤਵੀਆਂ ਦਾ ਗ੍ਰਿਪਿੰਗ ਹੈ ਜਾਂ ਜ਼ੋਰ ਲੱਗਦਾ ਉਹ ਰੇਤਲੀ ਮਿੱਟੀ 'ਚ ਲੱਗਦਾ ਹੈ, ਕਰੜੀ 'ਚ ਨਹੀਂ ਲੱਗਦਾ ਗਾ, ਕਰੜੀ ਤੋਂ ਉੱਤੇ ਸਲਿੱਪ ਹੋਣਾ। ਮਿੱਟੀ ਦੇਖੋ ਤੁਸੀਂ ਆ ਕਿੰਨੀ ਗਿੱਲੀ ਹੈ, ਜ਼ਮੀਨ ਵੀ ਗਿੱਲੀ ਹੈ। ਸੋ ਗਿੱਲੀ ਦੇ ਵਿੱਚ ਜਿਹੜਾ ਹੈ ਡਿਸਕਾਂ ਜ਼ੋਰ ਵੱਧ ਲਵਾਉਂਦੀਆਂ, ਟਰੈਕਟਰ ਦੱਬਦਾ ਵੀ ਹੈ, ਕਰੋ ਚੈੱਕ। ਕੋਈ ਟਰੈਕਟਰ ਦੱਬ ਨਹੀਂ ਰਿਹਾ, ਮੱਥੇ 'ਤੇ ਨਹੀਂ ਦੱਬਦਾ ਗਾ, ਜਿਵੇਂ ਟਰੈਕਟਰ ਵਹਿ ਰਿਹਾ ਉਸੇ ਪਰਫੋਰਮੈਂਸ 'ਚ ਮੱਥੇ ਤੋੜਦਾ ਹੈ। 16 ਤਵੀਆਂ ਦਾ ਸੈੱਟ 4501 4x4, ਮਿੰਟ ਹੋ ਗਏ ਆ ਜੀ 13 ਮਿੰਟ ਹੋ ਗਏ, ਅਤੇ 2 ਲੀਟਰ ਆਪਾਂ ਪੂਰਾ ਮਈਅਰਮੈਂਟ ਲਾ ਕੇ ਤੇਲ ਪਾਇਆ ਸੀਗਾ। ਸੋ ਜਿਹੜੀ ਹੈ ਵੀ ਤੁਹਾਡੇ ਤੱਕ ਪ੍ਰੋਪਰ ਟੈਸਟੀਮੈਂਟਲ ਦੀ ਵੀਡੀਓ ਪਹੁੰਚ ਸਕੇ ਇਸ ਕਰਕੇ। ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਚੈਨਲ ਦੇ ਨਾਲ ਜੁੜੋ, ਤਾਂ ਜੋ ਤੁਹਾਡੇ ਤੱਕ ਇੱਦਾਂ ਦੀਆਂ ਜਿਹੜੀਆਂ ਬਿਨਾਂ ਐਡੀਟਿੰਗ ਵਾਲੀਆਂ ਵੀਡੀਓ ਪਹੁੰਚ ਸਕਣ। ਲਓ ਜੀ, ਬਾਰਾਂ 13 ਮਿੰਟ ਹੋ ਗਏ, ਹੱਥ ਵੀ ਥੱਕ ਗਿਆ, ਇਸ ਕਰਕੇ ਥੋੜ੍ਹੀ ਜਿਹੜੀ ਵੀਡੀਓ ਆ ਹਿੱਲ ਰਹੀ ਹੈ। 1-2 ਵੀਡੀਓ ਮੈਂ ਪਹਿਲਾਂ ਵੀ ਪਾਈਆਂ ਸੀ ਜਿਹੜੀਆਂ ਯੂਟਿਊਬ ਨੇ ਡਿਲੀਟ ਕਰਤੀਆਂ, ਰਿਪੋਰਟ ਕਰਕੇ ਜਾਂ ਕੋਈ ਵਿੱਚੋਂ ਇੱਦਾਂ ਦਾ ਲਫ਼ਜ਼ ਬੋਲਿਆ ਗਿਆ ਜਿਹੜਾ ਇਹਨਾਂ ਨੂੰ ਹਰਟ ਕਰਤਾ, ਕਿਉਂਕਿ ਆਪਣੀ ਜਿਹੜੀ ਮੋਨੋਟਾਈਜੇਸ਼ਨ ਆ ਉਹ ਤਕਰੀਬਨ ਕਰੀਬ ਕਰੀਬ ਸੀਗੀ, ਉਸ ਕਰਕੇ ਇੱਕ ਇੱਕ ਵੀਡੀਓ 'ਤੇ ਨਜ਼ਰ ਰੱਖਦੇ ਆ। ਸੋ ਟਰੈਕਟਰ ਦੇ ਮਗਰ ਤੋਂ ਤੁਰ ਕੇ ਦਮ ਵੀ ਚੜ ਗਿਆ, ਤੁਹਾਨੂੰ ਜਿਹੜਾ ਸੁਣਨ ਦੇ ਵਿੱਚ ਥੋੜ੍ਹੀ ਪਰੇਸ਼ਾਨੀ ਆ ਰਹੀ ਹੋਊਗੀ ਟਰੈਕਟਰ ਦੇ ਮਗਰ ਤੁਰਨ ਕਰਕੇ। ਇਹ ਜਿਹੜੀ ਹੁਣ ਮੇਰੇ ਚੈਨਲ ਦੀ ਪਹਿਲੀ ਅਤੇ ਫਸਟ ਜੈਨੂਅਨ ਵੀਡੀਓ ਜਿਹੜੀ ਆਪਦੇ ਐਂਡ 'ਤੇ ਆਪਦੀ ਵੋਇਸ ਓਵਰ ਦੇ ਨਾਲ ਬਣਾਈ ਗਈ ਹੈ। ਸੋ ਰੱਬ ਮਿਹਰ ਕਰੇ ਅੱਜ ਤੋਂ ਅੱਗੇ ਤੋਂ ਇੱਦਾਂ ਦੀਆਂ ਵੀਡੀਓ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਮਿੰਟ ਹੋ ਚੁੱਕਿਆ ਜੀ 14 ਮਿੰਟ ਅਤੇ 10 ਸਕਿੰਟ, ਵਾਹਨ ਦੇ ਵਿੱਚ ਮਗਰ ਤੁਰ ਤੁਰ ਕੇ ਜਿਹੜਾ ਦਮ ਪੱਟਿਆ ਗਿਆ, ਕਿਉਂਕਿ ਕਾਫੀ ਟਾਈਮ ਹੋ ਗਿਆ ਖੇਤੀ ਛੱਡੇ ਨੂੰ, ਕਦੇ ਹੁਣ ਇੰਨਾ ਤੁਰੇ ਵੀ ਨਹੀਂ ਗਏ। ਚਲੋ ਸੈਰ ਸ਼ੁਰ ਕਰਨੀ ਤਾਂ ਵੱਖ ਗੱਲ ਹੈ, ਕਰੋ ਚੈੱਕ ਪਰਫੋਰਮੈਂਸ। ਜੇ ਤੁਸੀਂ ਆਹ ਵੇਖੋਗੇ ਇਹਨੇ ਕਿੱਦਾਂ ਦਾ ਮਗਰ 14 ਮਿੰਟ 32 ਸਕਿੰਟ ਲਾਈਵ ਚੱਲੀ ਜਾਂਦਾ ਹੈ, ਠੀਕ ਹੈ। 14 ਮਿੰਟ 32 ਸਕਿੰਟ ਹੋ ਗਏ, ਵੀਡੀਓ ਦੱਸ ਦੂਗੀ ਹੁਣ ਕਿੰਨਾ ਚੱਲਿਆ। ਆਹ ਵੀਡੀਓ ਨਹੀਂ ਬੰਦ ਕਰਦੇ ਨਾ, ਉਨੀ ਚੱਲੀ ਜਾਊਗੀ ਜਿੰਨਾ ਹੈਗਾ। ਇਹ ਹੈ ਜੀ ਸਾਡੀ ਟੀਮ, ਵੀਡੀਓ ਫਾਸਟ ਹੋ ਜੂਗੀ ਨਾ ਥੋੜ੍ਹੀ ਜੀ, ਬੜਾ ਵਧੀਆ ਚੱਲਦਾ ਜੀ ਕਬੋਟਾ ਬਾਈ। ਰਿਸਪੌਂਸ ਫੋਰ ਵੀ ਇਹ ਸਾਡੇ ਸੇਲਸ ਮੈਨੇਜਰ ਹੈ ਬਾਈ ਰਾਜੂ, ਤੇ ਸਾਡੇ ਮਕੈਨਿਕ ਸਾਹਿਬ ਜਿਹੜੇ ਹੁਣ ਸੇਲਮੈਨ ਹੈ ਉਹ ਬਾਈ ਕਰਨੀ।
ਆ ਬਈ ਜਿਹੜਾ ਤੂੰ ਚੈੱਕ ਕਰਾ ਕਿੰਨੀ ਇਹਦੇ ਵਿੱਚ ਡੀਪ ਕਿੰਨਾ ਜਾ ਰਿਹਾ ਮਿੱਟੀ ਚੈੱਕ ਕਰਾ ਹੀ ਚੈੱਕ ਕੇ ਬਾਈ ਦੀ ਸਭ ਦੇ ਨਾਲੋਂ ਆ ਵੇਖੋ ਬਾਈ ਦੀ ਡੰਗਾਈ ਵੇਖੋ ਕਿੰਨੀ ਜਾ ਰਹੀ ਹੈ ਪਹਿਲੀ ਵਾਰੀ ਤੋਂ ਲੱਕੜ ਕੱਢੀ ਜਾਂਦੇ ਆ ਵਾਰ ਦੀ ਜੇ ਆਪਾਂ ਡੀਪ ਦੀ ਗੱਲ ਕਰੀਏ ਤਾਂ 3 ਤੋਂ 3.5 ਇੰਚ ਥੱਲੇ ਜਾ ਰਿਹਾ ਕਿਉਂਕਿ ਉੱਤੇ ਸਲਿੱਪ ਵੀ ਹੁੰਦਾ ਨਾ ਛੱਟੀਆਂ ਦਾ ਕਰਕੇ ਆ ਵੇਖੋ ਜੀ ਛੱਟੀਆਂ ਕੱਢੀ ਜਾ ਰਹੀ ਹੈ ਜੀ ਬਾਹਰ ਕੋਈ ਤਵੀਆਂ ਇਹ ਵੀ ਨਹੀਂ ਗੀਆਂ ਵੀ ਹਲਕੀਆਂ ਉੱਤੇ ਉੱਤੇ ਤਵੀਆਂ ਭੱਜੀਆਂ ਫਿਰਦੀਆਂ ਤਵੀਆਂ ਵੀ ਆਪਦੇ ਜਿਹੜਾ ਪੂਰੇ ਵਜਨ ਦੇ ਵਿੱਚ ਹੈ ਵਜਨ ਝੋਣ ਕਰਕੇ ਫਿਰ ਛੱਟੀਆਂ ਵੀ ਵੱਧ ਪੜਦੀਆਂ ਇੱਕ ਵਾਰੀ ਵੀਡੀਓ ਵਿੱਚੋਂ ਫਿਊਜ਼ ਹੋ ਗਈ ਸੀ ਦੁਬਾਰਾ ਆਪਾਂ ਉੱਥੋਂ ਸ਼ੁਰੂ ਕਰਦੇ ਹਾਂ ਲੈ ਕੇ 4 ਲੀਟਰ ਵਿਚਾਲੇ ਲੋਡ ਦੇ ਵਿੱਚ ਲੈਂਦਾ ਜੀ ਉਹ ਤਾਂ ਪਰ ਪਹਿਲਾਂ ਵੀਡੀਓ ਕੱਢ ਹੀ ਲਈ ਹੈ ਜਿਹੜੀ 250 ਗ੍ਰਾਮ ਪਾ ਕੇ ਆਪਾਂ ਕੀਤੀ ਹੈ ਨਾ ਉਹ 4 ਲੀਟਰ ਅਤੇ 10 ਗ੍ਰਾਮ ਬਣਿਆ ਉਹ ਵੀ ਵਿੱਚੋਂ 2-3 ਸਕਿੰਟ ਟਰੈਕਟਰ ਰੁਕ ਗਿਆ ਸੀਗਾ 4 ਤੋਂ ਘਟੂਗਾ 4.25 ਦੇ ਵਿੱਚ ਹੀ ਰਹੂਗਾ ਬਾਕੀ ਆਪਾਂ ਵੇਖ ਲੈਂਦੇ ਹਾਂ ਫੁੱਲ ਲੋਡ ਹੈ ਜੀ ਬੰਦਾ 50 HP ਤੇ ਮੰਨ ਕੇ ਚੱਲੋ ਵੀ ਟਰੈਕਟਰ ਵਹਿ ਰਿਹਾ ਪੂਰੇ ਲੋਡ ਦੇ ਉੱਤੇ ਆਪਦਾ ਕੰਮ ਕਰੀ ਜਾਂਦਾ 18-20 ਤਵੀਆਂ ਦਾ ਸੈੱਟ ਦੀ 9 ਫੁੱਟਾ ਰੂਟਾਵੇਟਰ 13 ਕਲਟੀਵੇਟਰ 7 ਚੌਕੇ ਵਾਲੇ ਦੀ ਵਧੀਆ ਸਵਾਰ ਕੇ ਜੀ ਕਿੰਨੇ ਦਬਕੇ ਵਾਓ ਪਾਉਂਦੇ ਕਰੋ ਚੈੱਕ ਪਰਫੋਰਮੈਂਸ ਬਾਕੀ ਆਪਾਂ ਬਾਅਦ 'ਚ ਕਸਟਮਰ ਨੂੰ ਵੀ ਪੁੱਛਾਂਗੇ ਜਿਹੜਾ ਵਾਹ ਰਿਹਾ ਉਹਦਾ ਵੀ ਰਿਵਿਊ ਲਵਾਂਗੇ ਵੀ ਕਿਵੇਂ ਰਿਹਾ ਡਰਾਈਵਿੰਗ ਕੀ ਹੈ ਕਿਉਂਕਿ ਇਹਨਾਂ ਕੋਲ ਪਹਿਲਾਂ L4508 ਹੈ L4508 ਅਤੇ MU4501 'ਚ ਬਹੁਤ ਫਰਕ ਹੈ ਵੈਸੇ ਤਾਂ ਡਰਾਈਵਰ ਪੂਰਾ ਸੰਤੁਸ਼ਟ ਹੈ ਇਹ ਵੀ ਤਵੀਆਂ ਜਿਹੜੀ 16 ਹੈਗੀ ਦੀ 16 ਤਵੀਆਂ ਇਹ ਵੀ ਜੇ 18 ਹੁੰਦੀ ਤਾਂ ਡੀਜ਼ਲ ਦੀ ਖਪਤ ਹੋਰ ਘੱਟ ਜਾਣੀ ਸੀ ਇਹਨਾਂ ਨੂੰ ਕਿਹਾ ਸੀ 18 ਤਵੀਆਂ ਦਾ ਸੈੱਟ ਲੈ ਕੇ ਆਓ ਇਹਨਾਂ ਨੇ ਕਸਟਮਰਾਂ ਨੂੰ ਵੀ ਲੈ ਲਈ ਸੀ ਤਾਂ ਕਰਕੇ ਇਹਨਾਂ ਨੇ 16 ਤਵੀਆਂ ਪਾਈ ਹੈ ਜੀ ਕਿਉਂਕਿ 18 ਤਵੀਆਂ ਤੇ ਇਹਨੇ ਜਿਹੜੀ ਇਹਦੀ FFC ਹੈ SFC ਇਹਨੇ ਤੇਲ ਆਪਦਾ ਉਨਾ ਹੀ ਲੈਣਾ ਫਿਊਲ ਕੰਜਮਸ਼ਨ ਉਨਾ ਹੀ ਰਹਿਣੀ ਹੈ ਜੇ ਇਹਨੂੰ ਆਪਾਂ 18 ਤੇ ਵਾਹਵਾਂਗੇ ਜਗ੍ਹਾ ਵੱਧ ਲੈ ਕੇ ਜਾਊਗਾ ਉਹਦੇ ਨਾਲ ਏਰੀਆ ਵੱਧ ਹੋਊਗਾ ਕਰੋ ਚੈੱਕ ਤਵੀਆਂ ਜਿਹੜੀਆਂ ਕਈ ਵਾਰੀ ਨਾ ਭਰ ਜਾਂਦੀਆਂ ਉਹਦੇ ਕਰਕੇ ਸਲਿੱਪ ਹੋਣ ਲੱਗ ਜਾਂਦੀਆਂ ਸੋ ਮਾਫ਼ ਕਰਨਾ ਇੱਕ ਵਾਰੀ ਵਿੱਚੋਂ ਵੀਡੀਓ ਸਟੋਪ ਹੋ ਗਈ ਸੀ ਵਿੱਚ ਫੋਨ ਆਨ ਕਰਕੇ ਦਿੱਕਤ ਆਈ ਸੀਗੀ ਆਪਾਂ ਚਲੋ ਕੋਈ ਨਾ ਉੱਥੇ ਹੀ ਕੰਟੀਨਿਊ ਕੀਤੀ ਹੈ ਜਿਹੜੀ ਪਰਫੋਰਮੈਂਸ ਹੈ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਚੈੱਕ ਕਰਾਉਂਦੇ ਹਾਂ ਕਿੰਨੇ ਮਿੰਟ ਹੋ ਗਏ ਆਪਾਂ ਉਹ ਪਲੱਸ ਕਰ ਲਾਂਗੇ ਪਹਿਲਾਂ ਵਾਲੀ ਵੀਡੀਓ ਦਾ ਵਿੱਚ ਇਹ ਜਿਹੜੇ ਜ਼ਿਆਦਾਤਰ ਟਰੈਕਟਰ ਹੈ ਨਾ 4501 ਦੀ ਸੇਲ ਜ਼ਿਆਦਾ ਹੈ 4x4 ਬਾਗ ਵਾਲੇ ਏਰੀਏ ਦੇ ਵਿੱਚ 4x4 ਜ਼ਿਆਦਾ ਵਿਕਦਾ ਹੈ ਦੂਜੀ ਗੱਲ ਜਿਹੜੇ ਕਿਰਾਏ ਵਾਲੇ ਆ ਉਹ ਇਹਨੂੰ ਬਹੁਤ ਪਸੰਦ ਕਰਦੇ ਆ ਕਾਰਨ ਇਹ ਹੈ ਵੀ ਜਦੋਂ ਬੰਦੇ ਨੂੰ 1.25 ਲੀਟਰ ਸ਼ਾਮ ਨੂੰ ਤੇਲ ਬਚਾ ਕੇ ਦਿੰਦਾ ਨਾ ਪਰ ਘੰਟੇ ਦਾ ਤਾਂ ਬੰਦਾ ਫਿਰ ਉੱਥੇ ਜਾਂਦਾ ਜਿੱਥੇ ਉਹਨੂੰ ਬੱਚਤ ਹੈ ਚਲੋ ਜਿੱਥੇ ਪਹਿਲਾਂ ਉਹਨੇ 6 ਲੱਖ ਲਾਉਣਾ ਉੱਥੇ 7 ਲਾ ਦੂਗਾ ਜਿੱਥੇ 9 ਲਾਉਣਾ ਉੱਥੇ 10 ਲਾ ਦੂਗਾ ਕਿਉਂਕਿ 5 ਸਾਲ ਲਾਉਣ ਹੋਇਆ ਹੁੰਦਾ ਉਦੋਂ ਕੋਈ 1-1.25 ਲੱਖ ਨਾਲੋਂ ਜ਼ਿਆਦਾ ਫਰਕ ਨਹੀਂ ਮਹਿਸੂਸ ਹੁੰਦਾ ਪਰ ਜਦੋਂ 1 ਸਾਲ ਦਾ ਜਾਂ 1 ਸੀਜ਼ਨ ਦਾ 50-60 ਹਜ਼ਾਰ ਦਾ ਤੇਲ ਬਚਾਉਂਦਾ ਤਾਂ ਉਦੋਂ ਬੰਦੇ ਨੂੰ ਫਰਕ ਜ਼ਰੂਰ ਮਹਿਸੂਸ ਹੁੰਦਾ ਹੈ ਵੀਡੀਓ ਜ਼ਿਆਦਾ ਲੰਮੀ ਹੋ ਰਹੀ ਹੈ ਚਲੋ ਆਪਾਂ ਇਹਨੂੰ ਲਾਈਵ ਹੀ ਰੱਖਣਾ ਹੈ ਵੀ ਕਿੰਨਾ ਚਿਰ ਰਹਿੰਦਾ ਉੱਚੋਂ ਸਕਿੱਪ ਨਹੀਂ ਕਰਨਾ ਹੈਗਾ
वीडियो नूं थोड़ा फास्ट करके तुहानूं जरूर विखा देंगे। एक बार आप रोक के चेक कर लीए, 2 लीटर तो भैन जो इन्हें चल जाना 8 घंटे, ओ 2 घंटे चल जाना, सॉरी 2 लीटर नाल था ना, अद्धा घंटा चलूगा, सॉरी अद्धा घंटा गलती होगी, अद्धा घंटा चलना चाहिए 4 लीटर घंटे का है ना, फिर भी ज्यादा लंबी हो जूगी भैन, 17-18 मिनट ही तो होगी, तो पहला 19 मिनट हो गए। छब्बी मिनट ट्रैक्टर चलिया, 450 ग्राम तेल है, किन्ना बनया 26 मिनट लिया, फोन दे मैं कैलकुलेशन करा, कैलकुलेटर खोल के दे, 26 मिनट चलिया ते 450 पिया है, मन के चल 400 ही रखो तुसी पिया, 1 लीटर ते 600 ग्राम खादा इन्हें, 1600 ग्राम खादा 26 मिनटां दे जी, लै भाई 3.5 लीटर 3.7 लीटर बनता रजिंदर, 3.7 लीटर बनता हूं हिसाब ना, जिन्ना टाइम चलिया, हां 26 मिनट चलिया, वाण किन्ना कटदा ने, लो जी दसो किन्ना वाण है, 2 किलो हो सारे, 2 किलो ज्यादा है जी, 2 किलो ज्यादा है, कोने 2.5 किलो ना, सवा दो किलो है, हुन किन्ना बह गया इस बाद, 1.5 किलो जी, 2.5 किलो 2.5 किले वाण कटदा, 3 लीटर 700 ग्राम डीजल, 3 लीटर 700 ग्राम डीजल च 2.5 किले वाण, उसके दो कारण है, तविया घट रहेगी, 16 से 18 तविया हुंदा तां 0.5 किले वाण दा होर फर्क पैना सी, जिहड़ी बाद जिहड़ी आपां बाद दे विच प्रोपर कढ़ी है ना, उहदे हिसाब नाल 3 लीटर 600 ग्राम ही बनता है, चलो विचों ट्रैक्टर खड़दा रहा पहला किली निकल गई जां उह कारण होया, बाकी आपां गल करदे आं तां हुण किवें रही जी परफॉर्मेंस, दसो ट्रैक्टर चलाउण नूं किवें है, ठीक है बढ़िया जी, अपने ट्रैक्टर ने पौने दो लीटर डीजल किले मगर ले, ठीक है जी, चलो ए सी जी 5 कोसी डेमो 16 तवियां दा सेट 4501, ठीक है जी, वीडियो नाल जुड़ने लई बहुत बहुत धन्यवाद, बने रहो साडे चैनल पंजाब रूट से।